जो माने आप नाई
परम सत्कार योग गुरु जी साहिब जी निवा जी सत्संग जीओ आओ फतेह मिलाओ जी वाहिगुरु जी का खालसा वाहिगुरु जी की फतेह। आपां शब्द नाल जुड़िए जिहड़ी बाणी आपां गाई सुनी पढ़ी है ना गुरु तेग बहादुर जी की उचारी हुई है। मैं एक बेनती करांगा शब्द की आपां विचार करनी है। गुरु नानक कहिंदा की है सिख कौन है? केवल शरीर नूं गुरद्वारे लेके आण के मठा टेक के ते गुरु की हजूरी विच बहना सिख नहीं है। तुसी शरीर नूं भावें 50 साल ला के गुरद्वारे विच बह जाओ गुरु नानक की नज़र दे विच उह सिख नहीं है। सिख उदों है जदों जिहड़ा शरीर लैके आउंदे आ ना इस शरीर दे विच एक चीज़ है जिसनूं तुसी कहिंदे हो सुरती जां आम बजुर्ग कहणगे ध्यान जां टीचर कहणगे फोकस। ਉਹ ਸ਼ਬਦ ਜਿਹੜਾ ਹੈ ਸ਼ਬਦ ਦੇ ਉੱਤੇ ਧਿਆਨ ਤੁਹਾਨੂੰ ਟਿਕਾਉਣਾ ਪਏਗਾ। ਮੈਂ ਬੇਨਤੀ ਕਰਾਂਗਾ, ਮੈਂ ਸਿੱਧੀ ਗੱਲ ਕਹਿੰਦਾ, ਜਿਸ ਵੇਲੇ ਅਸੀਂ ਗੁਰਦੁਆਰੇ ਆਉਣਾ ਹੈ ਨਾ ਇਸ ਗੱਲ ਨੂੰ ਪੱਕਾ ਕਰ ਲੈਣਾ ਕਿ ਮੈਂ ਹੁਣ ਗੁਰਦੁਆਰੇ ਚੱਲਿਆ। ਗੁਰਦੁਆਰਾ, ਦਵਾਰ ਮੀਨਸ ਡੋ, ਗੁਰ ਮੀਨਸ ਗੁਰੂ, ਮਤਲਬ ਕਿੱਥੇ ਚੱਲਿਆ? ਗੁਰੂ ਦੇ ਦੁਆਰੇ। ਭਾਵੇਂ ਆਪਾਂ ਕਹਿੰਦੇ ਗੁਰੂ ਦਾ ਘਰ, ਬਟ ਅਸੀਂ ਕੇਵਲ ਦਰਵਾਜ਼ੇ 'ਤੇ ਖੜ੍ਹੇ ਹਾਂ। ਤਰਲਾ ਕਰਨਾ ਪਏਗਾ, ਦਰਵਾਜ਼ਾ ਖੋਲ੍ਹ ਅਤੇ ਮੈਂ ਤੇਰੇ ਘਰ ਵਿੱਚ ਆਵਾਂ। ਸਿੱਖ ਇਸ ਵਾਸਤੇ ਆਉਂਦਾ ਹੈ ਗੁਰਦੁਆਰੇ, ਬਟ ਬਾਬਾ ਨਾਨਕ ਕਹਿੰਦਾ ਹੈ ਸ਼ਬਦ ਗੁਰੂ ਸੁਰਤ ਧੁਨ ਚੇਲਾ। ਸ਼ਬਦ ਆਏਗਾ ਸਕਰੀਨ 'ਤੇ। ਗੁਰੂ ਕੌਣ ਹੈ? ਗੁਰੂ ਸ਼ਬਦ ਹੈ। ਜਿਹੜਾ ਸ਼ਬਦ ਤੁਸੀਂ ਗਾਇਆ, ਸੁਣਿਆ, ਪੜ੍ਹਿਆ ਇਹ ਗੁਰੂ ਹੈ। ਤਾਂ ਹੀ ਗੁਰਤਾ ਗੱਦੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਦਿੱਤੀ ਹੈ, ਕਿਉਂਕਿ ਇਹਦੇ ਵਿੱਚ ਸਾਰਾ ਸ਼ਬਦ ਹੈ। ਬਟ ਸਿੱਖ ਕੌਣ ਹੈ? ਸੁਰਤੀ ਕਰਕੇ। ਅਤੇ ਮੈਂ ਇੱਕ ਬੇਨਤੀ ਕਰਾਂਗਾ, ਸੁਰਤੀ ਤੁਸੀਂ ਸ਼ਬਦ ਵੱਲ ਰੱਖਿਓ। ਜੇ ਤੁਸੀਂ ਗੱਲਾਂ ਕਰਨੀਆਂ ਨਾ, ਮੇਰਾ ਵੀ ਧਿਆਨ ਟੁੱਟੇਗਾ, ਤੁਹਾਡਾ ਵੀ ਧਿਆਨ ਟੁੱਟੇਗਾ। ਜੇ ਤੁਸੀਂ ਗੱਲਾਂ ਕਰਨੀ, ਤੁਸੀਂ ਥੱਲੇ ਜਾ ਸਕਦੇ ਹੋ। ਮੈਂ ਡਾਇਰੈਕਟ ਹਾਂ, ਵੀ ਆਈ ਐਮ ਅ ਟੀਚਰ ਬਾਈ ਪ੍ਰੋਫੈਸ਼ਨ, ਦੇ ਸੈਂਡ ਮੀ ਫੋਰ ਕੋਰਸ 3 months ਐਂਡ ਆਲ ਦੈਟ। ਜੇ ਥੋੜ੍ਹਾ ਵਾਲਾ ਵੀ ਬੋਲੋਗੇ ਨਾ ਤੁਸੀਂ, ਮੈਨੂੰ ਸੁਣਦਾ ਇੱਥੇ। ਸੋ ਇੱਕ ਗੱਲ ਧਿਆਨ ਰੱਖਣੀ ਹੈ, ਜਿਸ ਵੇਲੇ ਤੁਸੀਂ ਗੁਰਦੁਆਰੇ ਆਉਂਦੇ ਹੋ ਤੁਸੀਂ ਗੁਰੂ ਨੂੰ ਮਿਲਣ ਆਉਂਦੇ ਹੋ, ਗੁਰੂ ਨਾਲ ਤੁਸੀਂ ਜੋੜੋ ਰਿਸ਼ਤਾ। ਗੁਰੂ ਦੀ ਬਾਣੀ ਕੀ ਕਹਿੰਦੀ ਹੈ? ਸ਼ਬਦ 'ਤੇ ਤੁਸੀਂ ਧਿਆਨ ਦਿਓ, ਸ਼ਬਦ ਕੀ ਕਹਿੰਦਾ ਹੈ। ਬਿਕੋਜ਼ ਇਫ ਯੋਰ ਕੌਨਸ਼ੀਅਸ ਥੋਟ ਇਜ਼ ਨੋਟ ਹੇਅਰ, ਯੂ ਕੈਨੋਟ ਕਨੈਕਟ ਟੂ ਦ ਸ਼ਬਦ। ਇੱਥੇ ਲੋੜ ਸੁਰਤੀ ਦੀ ਹੈ, ਕੇਵਲ ਸਰੀਰ ਦੀ ਨਹੀਂ। ਸੋ ਜਿਸ ਵੇਲੇ ਤੁਸੀਂ ਗੁਰਦੁਆਰੇ ਆਉਣਾ, ਹਮੇਸ਼ਾ ਇਹ ਗੱਲ ਆਪਣੇ ਜ਼ਿਹਨ ਦੇ ਵਿੱਚ, ਆਪਣੇ ਦਿਮਾਗ ਦੇ ਵਿੱਚ ਫਿੱਟ ਕਰਕੇ ਆਉਣੀ ਹੈ ਕਿ ਮੈਂ ਗੁਰਦੁਆਰੇ ਚੱਲਿਆ, ਉੱਥੇ ਮੈਂ ਧਿਆਨ ਸ਼ਬਦ ਨੂੰ ਦੇਣਾ ਹੈ, ਬਾਕੀ ਦੁਨੀਆਂ ਦੀਆਂ ਗੱਲਾਂ ਫਿਰ ਕਰ ਲਿਓ। ਆਓ ਇਸ ਸ਼ਬਦ ਦੇ ਵਿੱਚ ਗੁਰੂ ਸਾਹਿਬ ਜੀ ਕੀ ਕਹਿੰਦੇ ਨੇ। ਗੁਰੂ ਤੇਗ ਬਹਾਦਰ ਜੀ ਦੀ ਬਾਣੀ ਹੈ, ਰਾਗ ਸਾਰੰਗ ਮਹੱਲਾ ਨੌਵਾਂ। ਸਾਰੰਗ ਰਾਗ ਹੈ, ਮਹੱਲਾ ਨੌਵਾਂ, ਨੌਵੇਂ ਪਾਤਸ਼ਾਹ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਕਹਿੰਦੇ, ਹਰ ਬਿਨ ਤੇਰੋ ਕੋ ਨਾ ਸਹਾਈ। ਕਹਿੰਦੇ ਹਰ ਬਿਨ, ਪਰਮਾਤਮਾ ਤੋਂ ਬਗੈਰ ਤੇਰਾ ਕੋਈ ਵੀ ਸਹਾਰਾ ਨਹੀਂ ਇਸ ਸੰਸਾਰ ਦੇ ਵਿੱਚ। ਸੱਚ ਕਰਕੇ ਹਿਰਦੇ ਨੂੰ ਪੁੱਛ ਕੇ ਵੇਖਿਓ, ਬੰਦਾ ਆਖੇਗਾ ਮੇਰੇ ਕੋਲ ਆਹ ਹੈ, ਮੈਂ ਆਹ ਦਾਤੋ ਨੂੰ ਜਾਣਦਾ, ਪ੍ਰਧਾਨ ਮੰਤਰੀ ਮੇਰਾ ਦੋਸਤ ਹੈ, ਮੈਂ ਆਹ ਕਰ ਸਕਦਾ, ਮੈਂ ਉਹ ਕਰ ਸਕਦਾ। ਬਾਹਰ ਦੇ ਤੌਰ 'ਤੇ ਤਾਂ ਕਰ ਸਕੇਗਾ, ਪਰ ਅੰਦਰੋਂ ਜਿਹੜਾ ਮਨ ਹੈ ਨਾ ਉਹਨੂੰ ਸਪੋਰਟ ਕੇਵਲ ਨਾਮ ਦੇ ਸਕਦਾ, ਜਾਂ ਕੇਵਲ ਪਰਮਾਤਮਾ ਉਸ ਚੀਜ਼ ਨੂੰ ਸਪੋਰਟ ਦੇ ਸਕਦਾ। ਇੱਥੇ ਬਾਣੀ ਕਹਿੰਦੀ ਹੈ ਪਰਮਾਤਮਾ ਤੋਂ ਬਗੈਰ, ਨਾਮ ਤੋਂ ਬਗੈਰ, ਹਰ ਬਿਨ। ਇੱਕ ਸਵਾਲ ਹੈ, ਕਹਿੰਦੇ ਤੇਰੋ, ਤੇਰਾ ਸਹਾਈ ਕੌਣ ਹੈ? ਅੱਗੇ ਮਹਾਰਾਜ ਕਹਿੰਦੇ ਤੂੰ ਆਪਣੇ ਭਰੋਸੇ ਦੇ ਵਿੱਚ ਇਸ ਗੱਲ ਦੇ ਵਿੱਚ ਬੈਠਾ ਹੋਇਆ। ਮਾਤ ਪਿਤਾ ਸੁਧ ਬਣਿਤਾ, ਮਾਤ ਮਾਤਾ, ਪਿਤਾ ਪਿਓ, ਬਣਿਤਾ ਮਲੇ ਵਣਿਤਾ, ਬਣਿਤਾ ਮੀਨਸ ਵੂਮਨ, ਇੱਥੇ ਘਰ ਵਾਲੀ ਸਪਾਊਸ, ਇਫ ਯੂ ਆਰ ਮੇਲ ਦੈਨ ਇਟਸ ਫੀਮੇਲ, ਸਪਾਊਸ ਬਣਦਾ ਹੈ। ਸੁਧ ਬਣਤਾ, ਕਹਿੰਦੇ ਤੇਰੇ ਕੋਲ ਮਾਂ ਹੈ, ਪਿਓ ਹੈ, ਪੁੱਤਰ ਹੈ, ਤੇਰੇ ਘਰ ਵਾਲੇ ਨੇ, ਕਹਿੰਦੇ ਇਹਨਾਂ ਦਾ ਤੂੰ ਆਸਰਾ ਬਣਾ ਕੇ ਰੱਖਿਆ ਹੋਇਆ ਕਿ ਇਹ ਤੇਰਾ ਸਾਥ ਸਹਾਰਾ ਬਣੇਗਾ। ਗੁਰੂ ਸਾਹਿਬ ਜੀ ਕਹਿੰਦੇ ਨੇ ਇਹ ਵੀ ਤੇਰਾ ਸਾਥ ਨਹੀਂ ਦੇ ਸਕਦੇ। ਤੁਸੀਂ ਕਈ
ਗੱਲਾਂ ਸੁਣੀਆਂ ਹੋਣਗੀਆਂ, ਸਕੇ ਮੁੰਡੇ ਨੇ ਸਕੇ ਧੀ ਨੇ ਬਿਰਧ ਆਸ਼ਰਮ ਛੱਡ ਕੇ ਆ ਗਿਆ ਜਾਂ ਇਹੋ ਜਿਹੀਆਂ ਗੱਲਾਂ ਹੋਣਗੀਆਂ। ਜੀਂਦੇ ਜੀ ਵੀ ਭਰੋਸਾ ਨਹੀਂ ਹੈ ਕਿ ਸਾਡਾ ਸਹਾਰਾ ਬਣਨਗੇ। ਇੱਥੇ ਗੁਰੂ ਸਾਹਿਬ ਜੀ ਕਹਿੰਦੇ ਨੇ ਮਨ ਦਾ ਸਹਾਰਾ ਤੁਸੀਂ ਇਸ ਸੰਸਾਰ ਦੇ ਜਿਹੜੇ ਸਾਖ ਸੰਬੰਧੇ ਰਿਸ਼ਤੇ ਨੇ ਇਹਨਾਂ ਕੋਲੋਂ ਤੁਸੀਂ ਨਹੀਂ ਲੈ ਸਕਦੇ। ਇਹਦੇ ਕਈ ਅਰਥ ਬਣ ਸਕਦੇ ਨੇ, ਬਟ ਇੱਥੇ ਗੁਰੂ ਸਾਹਿਬ ਜੀ ਸਪੈਸੀਫਿਕਲੀ ਕਹਿ ਰਹੇ ਨੇ ਮਨ ਦਾ। ਭਾਵੇਂ ਤੇਰੇ ਆਲੇ ਦੁਆਲੇ 10 ਬੰਦੇ ਵੀ ਖੜ੍ਹੇ ਹੋਣ ਨਾ, ਪਰ ਜੇ ਤੇਰਾ ਮਨ ਟਿਕ ਜਾਵੇ ਉਸ ਅਵਸਥਾ ਦੇ ਵਿੱਚ ਕੋਈ ਨਹੀਂ ਸਪੋਰਟ ਕਰ ਸਕਦਾ। ਇਫ ਯੋਰ ਮਾਇੰਡ ਇਜ਼ ਸੋ ਵੀਕ ਈਵਨ ਯੂ ਕੈਨ ਹੈਵ ਆਲ ਦ ਸਪੋਰਟ ਅਰਾਊਂਡ ਯੂ, ਉਹ ਤੇਰਾ ਕੋਈ ਕੰਮ ਨਹੀਂ ਕਰ ਸਕਦੇ। ਉਹ ਮਨ ਨੂੰ ਸਟਰੋਂਗ ਬਣਾਉਣਾ ਹੈ। ਅਤੇ ਗੁਰੂ ਸਾਹਿਬ ਜੀ ਕਹਿੰਦੇ ਹਰ ਬਿਨ ਤੇਰੋ ਕੋ ਨਾ ਸਹਾਈ, ਪਰਮਾਤਮਾ ਤੋਂ ਬਗੈਰ ਤੇਰਾ ਇਸ ਸੰਸਾਰ ਦੇ ਵਿੱਚ ਕੋਈ ਨਹੀਂ ਸਹਾਰਾ। ਕਹਿੰਦੇ ਤੂੰ ਤਾਂ ਕਹਿ ਰਿਹਾ ਕਿ ਤੇਰੇ ਕੋਲ ਸਾਖ ਸੰਬੰਧ ਸਾਰਾ ਕੁਝ ਹੈਗਾ ਹੈ। ਮਹਾਰਾਜ ਜੀ ਕਹਿੰਦੇ ਨੇ ਇਹ ਕਿਹੜੇ ਵਾਸਤੇ ਨੇ, ਰਹਾਓ ਅੱਗੇ। ਫਿਰ ਕਈ ਕਹਿੰਦੇ ਨੇ ਮੇਰੇ ਕੋਲ ਧਨ ਹੈਗਾ ਹੈ, ਧਨ ਦਾਰਾ ਅਰ ਸੰਪਤ। ਕਹਿੰਦੇ ਮੇਰੇ ਕੋਲ ਧਨ ਹੈਗਾ, ਮੇਰੇ ਕੋਲ ਘਰ ਹੈਗਾ, ਮੇਰੇ ਕੋਲ ਆਹ ਹੈਗਾ, ਮੇਰਾ ਇੰਸ਼ੋਰੈਂਸ ਆਹ ਹੈ, ਉਹ ਹੈ। ਗੁਰੂ ਸਾਹਿਬ ਜੀ ਕਹਿੰਦੇ ਸਾਰਾ ਕੁਝ ਹੈਗਾ ਹੈ ਜਿਸ ਨੂੰ ਤੂੰ ਕਹਿੰਦਾ ਤੇਰਾ। ਇਹ ਗੱਲ ਸੱਚਿਆਈ ਹੈ। ਗੁਰਬਾਣੀ ਇੱਥੇ ਇਹ ਨਹੀਂ ਕਹਿੰਦੀ ਭਈ ਇਕੱਠਾ ਨਹੀਂ ਕਰਨਾ, ਕਰ ਸਕਦਾ ਹੈ, ਬਟ ਇੱਕ ਗੱਲ ਯਾਦ ਰੱਖੀ, ਜਿੰਨਾ ਵਰਤਣਾ ਹੈ ਵਰਤ ਲਈ, ਇਹ ਕਦੀ ਤੇਰਾ ਹੋਇਆ ਹੀ ਨਹੀਂ। ਜਿਹੜਾ ਘਰ ਤੂੰ ਬਣਾਇਆ ਹੈ ਨਾ, ਸੱਚ ਜਾਣ ਭਾਵੇਂ ਨਾ ਤੇਰਾ ਲੱਗਾ ਹੈ ਨਾ, ਜਿੰਨਾ ਸੁੱਖ ਉਸ ਘਰ ਨੇ, ਜਿੰਨਾ ਸੁੱਖ ਉਸ ਘਰ ਨੂੰ ਜਿਹੜਾ ਹੈ ਨਾ, ਤੂੰ ਨਹੀਂ ਲੈਣਾ ਜਿੰਨਾ ਤੇਰੇ ਪੁੱਤਰਾਂ ਨੇ ਲੈਣਾ। ਤੂੰ ਤਾਂ ਕੰਮ ਕਰਕੇ ਬਣਾਇਆ, ਉਹਨਾਂ ਨੇ ਜਨਮ ਲੈਂਦੇ ਹੀ ਸਾਰਾ ਕੁਛ ਮਾਣ ਲਿਆ। ਸਾਰਾ ਜ਼ਿੰਦਗੀ ਬੰਦਾ ਕਹਿੰਦਾ ਮੇਰਾ ਮੇਰਾ ਮੇਰਾ, ਬਟ ਸੱਚ ਜਾਣੀ ਜਿਸ ਵੇਲੇ ਤੂੰ ਤੁਰ ਜਾਣਾ ਹੈ ਨਾ, ਇੱਥੋਂ ਤੱਕ ਹੋਏਗਾ, ਭਾਵੇਂ ਤੇਰੀ ਚਿਤਾ ਨੂੰ ਅੱਗ ਲਾਉਣ ਤੋਂ ਪਹਿਲਾਂ ਕਿਸੇ ਹੋਰ ਦੇ ਵੀ ਟ੍ਰਾਂਸਫਰ ਹੋ ਜਾਏਗਾ। ਜਿਹੜਾ ਕੁਛ ਤੂੰ ਇਕੱਠਾ ਕੀਤਾ ਹੈ, ਕਹਿੰਦੇ ਧਨ ਦਾਰਾ ਅਰ ਸੰਪਤ ਸਗਲੀ, ਜੋ ਮਨ ਨੂੰ ਆਪਣਾ ਬੰਦਾ ਕਹਿੰਦਾ ਮੇਰਾ, ਬਟ ਗੁਰੂ ਸਾਹਿਬ ਜੀ ਕਹਿੰਦੇ ਕਿ ਤਨ ਛੁੱਟੈ। ਕਹਿੰਦੇ ਜਿਸ ਵੇਲੇ ਇਸ ਸਰੀਰ ਦੇ ਵਿੱਚੋਂ ਆਤਮਾ ਨਿਕਲੇਗੀ ਨਾ, ਕੀ ਹੋਏਗਾ, ਇਹ ਇੱਕ ਵੀ ਤੇਰੇ ਨਾਲ ਨਹੀਂ ਜਾਏਗਾ। ਜੋ ਕੁਛ ਤੂੰ ਇੱਥੇ ਸੰਸਾਰ 'ਤੇ ਇਕੱਠਾ ਕਰਕੇ ਮੇਰਾ ਕੀਤਾ ਹੈ, ਤੁਸੀਂ ਸਾਡਾ ਫੋਨ, ਤੁਹਾਡਾ ਫੋਨ ਤੁਸੀਂ ਕਿਸੇ ਹੋਰ ਨੂੰ ਨਹੀਂ ਦੇਣ ਨੂੰ ਤਿਆਰ, ਲੈ 2 ਮਿੰਟ ਸਾਂਭ ਲੈ, ਤੁਸੀਂ ਦੇਣ ਨੂੰ ਤਿਆਰ। ਮੈਂ ਫਿਰ ਬਚਨ ਦਰਵਾਦਮਾ, ਬਾਣੀ ਇਹ ਨਹੀਂ ਕਹਿੰਦੀ ਭਈ ਇਕੱਠਾ ਨਹੀਂ ਕਰਨਾ, ਕਰ ਸਕਦੇ ਹੋ, ਸੁਖਮਣੀ ਸਾਹਿਬ ਜੀ ਦੀ ਬਾਣੀ ਕਹਿੰਦੀ ਹੈ। ਬਟ ਗੁਰੂ ਸਾਹਿਬ ਜੀ ਕਹਿੰਦੇ ਜਿੱਦਾਂ ਕਿੱਚੜ ਚਿੱਕੜ ਦੇ ਵਿੱਚ ਫੁੱਲ ਹੁੰਦਾ ਨਾ, ਲੋਟਸ ਫਲਾਵਰ, ਵਾਟਰ ਲੀਲੀ ਹੁੰਦਾ ਹੈ, ਉਹ ਚਿੱਕੜ ਦੇ ਵਿੱਚ ਹੁੰਦਾ ਹੈ, ਉਹ ਚਿੱਕੜ ਦੇ ਵਿੱਚ ਰਹਿੰਦਿਆਂ ਵੀ ਉਸ ਚਿੱਕੜ ਨੂੰ ਉਹਦੇ ਉੱਤੇ ਦਾਗ ਨਹੀਂ ਲੱਗਣ ਦਿੰਦਾ। ਕਹਿੰਦੇ ਇਸੇ ਤਰ੍ਹਾਂ ਬੰਦਿਆਂ ਤੂੰ ਸੰਸਾਰ ਦੇ ਵਿੱਚ ਰਹਿਣਾ ਹੈ, ਪੁੱਤ ਵੀ ਹੋਣੇ ਨੇ, ਘਰਵਾਲੀ ਵੀ, ਘਰਵਾਲਾ ਵੀ ਹੋਣਗੇ, ਧਨਦਾਰ ਸਾਰਾ ਤੂੰ ਇਕੱਠਾ ਕਰਨਾ, ਤੂੰ ਲੈ ਸਕਦਾ ਹੈ, ਬਟ ਇਹ ਸਭ ਕੁਛ ਲੈਂਦਿਆਂ ਹੋਇਆਂ ਇਹਦੇ ਨਾਲ ਤੂੰ ਲਪਟ ਨਾ ਜਾਈ। ਡੂ ਨਾਟ ਐਂਗਰੋਸ ਯੋਰ ਸੈਲਫ ਇਨ ਟੂ ਇਟ ਦੈਟ ਯੂ ਫੋਗੈਟ ਵਾਈ ਆਰ ਯੂ ਸੈਂਡ ਟੂ ਦਿਸ ਵਰਲਡ। ਇਹਦੇ ਵਿੱਚ ਤੂੰ ਰਹਿੰਦਿਆਂ ਤੂੰ ਭੁੱਲ ਨਾ ਜਾਈ ਤੂੰ ਕਿਸ ਵਾਸਤੇ ਸੰਸਾਰ ਦੇ ਵਿੱਚ ਆਇਆ, ਅਤੇ ਆਇਆ ਸੰਸਾਰ ਦੇ ਕਿਸ ਵਾਸਤੇ ਹੈ। ਭਈ ਪ੍ਰਾਪਤ ਮਨੁੱਖ ਦੇ ਉਰਿਆ, ਗੋਬਿੰਦ ਮਿਲਣ ਕੀ ਇਹ ਤੇਰੀ ਪਰਿਆ। ਵਾਈ ਆਰ ਵੀ ਬੋਰਨ ਟੂ ਦਿਸ ਵਰਲਡ। ਜੇ ਅੱਜ ਸਾਡੇ ਵਿੱਚੋਂ ਕੋਈ ਚੁੱਲ ਗਿਆ ਨਾ, ਤੁਰ ਪਿਆ ਹੈ ਨਾ ਇਸ ਸੰਸਾਰ ਦੇ ਵਿੱਚੋਂ, ਅੱਜ ਤੁਸੀਂ 2 ਮਿੰਟ ਵਾਸਤੇ ਹੁਣ ਬੈਠੇ ਸੋਚ ਕੇ ਵਿਚਾਰ ਕੇ ਵੇਖੋ ਕਿ ਅਸੀਂ ਜਨਮ ਕਿਸ ਵਾਸਤੇ ਲਿਆ ਹੈ, ਜਨਮ ਕਿਸ ਵਾਸਤੇ ਲਿਆ ਹੈ। ਕੀ ਕੇਵਲ ਵੱਡੇ ਹੋ ਕੇ ਪੜ੍ਹਾਈ ਕਰ ਕੇ ਬੱਚੇ ਕਰ ਲਏ, ਜਿਹੜੇ ਸਾਡੇ ਮਾਪਿਆਂ ਨੇ ਕੀਤਾ ਸੀ ਉਹ ਕੰਮ ਅੱਗੇ ਪੋਤੇ ਪਰ ਪੋਤਰੇ ਇੱਦਾਂ ਹੀ ਚੱਲੀ ਜਾਣਾ? ਔਰ ਡੂ ਵੀ ਹੈਵ ਆਈਅਰ ਪਰਪਸ ਆਫ ਵਾਈ ਵੀ ਆਰ ਬੋਰਨ ਟੂ ਦਿਸ ਵਰਲਡ, ਕਿ ਇਸ ਸੰਸਾਰ ਦੇ ਵਿੱਚ ਆਇਆ ਸਾਡਾ ਹੋਰ ਵੀ ਕੋਈ ਕੰਮ ਹੈ? ਵੀ ਹੈਵ ਅ ਹਾਇਰ ਓਬਜੈਕਟਿਵ ਟੂ ਰਿਚ। ਮਨੁੱਖਾ ਜਨਮ ਮਿਲਿਆ ਇਹਦਾ ਇੱਕ ਕਾਰਨ ਹੈ। ਸਿੱਖ ਰੋਜ਼ ਰਹਿਰਾਸ ਵਿੱਚ ਪੜ੍ਹਦਾ ਹੈ ਭਈ ਪ੍ਰਾਪਤ ਮਨੁੱਖ ਦੇ ਉਰਿਆ, ਗੋਬਿੰਦ ਮਿਲਣ ਕੀ ਇਹ ਤੇਰੀ ਪਰਿਆ। ਇਹ ਸੈੱਟ ਹੋਣਾ ਚਾਹੀਦਾ ਦੈਟ ਆਈ ਹੈਵ ਓਬਟੇਨ ਦਿਸ ਹਿਊਮਨ ਬੋਡੀ, ਉਸ ਪਰਮਾਤਮਾ ਨੂੰ ਮਿਲਣ ਵਾਸਤੇ। ਵਾਇਲ ਯੂ ਆਰ ਪਾਰਟੀਸੀਪੇਟਿੰਗ ਇਨ ਦਿਸ ਵਰਲਡ, ਤੇਰੀ ਜਿਹੜੀ ਸੁਰਤੀ ਹੈ ਇਸ ਗੱਲ ਨੂੰ ਧਿਆਨ ਰੱਖੇ ਕਿ ਮੇਰਾ ਇੱਕ ਓਬਜੈਕਟਿਵ ਹੈ ਉਸ ਪਰਮਾਤਮਾ ਨੂੰ ਮਿਲਣ ਵਾਸਤੇ। ਅਤੇ ਕੀ ਹੋਇਆ, ਹੁਣ ਧਿਆਨ ਜਿਹੜਾ ਸੀ ਇਸ ਸੰਸਾਰ ਦੇ ਉੱਤੇ,
धन के उत्ते घर के उत्ते पुत के उत्ते हुण उत्थे ही पूरा ध्यान लग गया जिस वास्ते ये शरीर बनाया सी उस पासे वरत्या नहीं। गुरु साहब जी कहते तन छुट्टे कछ संग ना चल कहते तेरे नाल कछ नहीं जाना। अगे गुरु साहब जी कहते ने जदों मैनू पता है नाल कुछ नहीं जाना गुरु साहब जी कहते बहुता खलारा फदारन की लोड़ नहीं तेनों बहुता ये उत्ते ध्यान देन की लोड़ नहीं। यू कैन हैव ऑल दीस बट गुरु साहब जी कहते ने देख एक दिन तू चले जाना नाल तेरे कछ नहीं जाना फिर की करना। गुरु साहब जी कहते दीन दयाल सदा दुख भंजन कहते ने परमात्मा जेड़ा दीन है दयाल है ये दुख नू भंजदा है कहते तां स्यों रुच ना बढ़ाई। बट बंदे ने की कीता परमात्मा जेड़ा दीन है जेड़ा दयाल है जेड़ा दुख नू भंजदा है ना जेड़ा एक दिंदा है जो असी चाहते हैं बंदा सुख पालता है कितने दुख पालता है बंदा सुखी होना चाहता है पैसे भी सुख वास्ते लैंदा है घरवाली ना मतलब कि ब्याह भी सुख वास्ते करता है पुत भी सुख वास्ते लैंदा है बट सच जानियो इन्हां दे विचों भी उन्हूं दुख मिलता है ते सच जानियो जो चीज़ तुहानूं सुख देगी वह दुख भी देगी। ये दुख सुख एक कपड़े वरगू आ वन साइड इज सुख द अदर साइड इज दुख। गड्डी तुहानूं सुख दिंदी है वह तुहानूं दुख भी देगी बच्चे तुहानूं सुख भी दिंदे ने दुख भी दिंदे ने घरवाला घरवाली एक दूजे नाल सुख भी दिंदे ने दुख भी दिंदे ने। एक पै है जिदा दिन ते रात है जे सुख आएगा तो दुख भी आएगा। गुरु साहब जी कहते जे तू इन चीज़ों तो बचना है कहते तू कि कोल आ ये कोल आ ये की करता है दीन 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 मर्सीफुल बड़ा दयाल है मेरा सतगुरु दयाल सदा एक दिन दो दिन वास्ते नहीं सदा लई दयाल है तो कहता तेरे दुख भी तोड़ेगा। यदा मतलब यह नहीं कि दुख नहीं आवगे दुख आवगे सिख तो रोज़ जपजी साहब पढ़ता है ए बी दात तेरी दातार कहता तेरी दिती हुई दात है कि केतियाँ दुख भूख सद मार जे मैनू दुख भी आया सद मार भी आई ना सिख कहता है ये उदी दात है। गुरु साहब जी साडी वृत्ति इन्नी वड्डी बना देंगे जे अज साडे घर दुख भी आया उस दुख नाल कितना सहमना है हाउ डू यू हैंडल दैट सिचुएशन गुरु साहब जी सिखाओगे। गुरु साहब जी प्रिपेयर अस दैट दिस इज वट यू नीड टू डू। तुम इंश्योरेंस लेंदे हो ना कल नू कुछ हो गया आ कुछ हो गया मैं तैयारी की है फिजिकल तौर पर तुम तैयारी की है गुरु साहब जी मन माइंड नू प्रिपेयर करते ने कल नू जे आ कुछ होया तू तैयार पर तैयार तैयार है तू रेडी है कि नहीं उस थॉट नू इन्ना पक्का बना देंदे ने ते जिस वेले उस सिचुएशन आउंदी है वह बंदा उस चीज़ नू सामना कर सकता है। हुण तुसी मौत की गल करते हो ना मेरा तबलची जिहड़ा हुंदा सी ना कहिंदा प्रदीप तू जदों भी ना मौत के बारे गल करदा मैं क्योंकि बाणी बार बार इस दे बारे याद कराउंदी है तुसी जपजी साहिब विच पढ़दे हो असी डरदे हाँ असी मौत नाल इन्ना डरदे हाँ बट सच जानियो ये कोई डरन की गल नहीं है क्यों जिस वेले तुसी बाणी पढ़ते हो ना थोड़ा डर सारा निकल जाता ते मौत सिख हर रोज़ सवेरे याद करता है जपजी साहब पढ़ते हो किंटा काल कुवारी काया काल मतलब मौत है जोगी किंटा पाते कपड़ा जहा पाते गुरु साहब जी कहते तू कपड़ा नहीं पाना जोगियां वर्गू तेरा किंटा की है काल मौत नू याद रख सवेरे नितनेम उठ के सवेरे सवेरे उठ के सिख मौत नू प्या याद करता है किंता काल कुवारी काया ते जो सौन वेले तुसी सोहिला साहब जी का पाठ पढ़ना सच जाने सोहिला साहब जी का पाठ पढ़न नाल थोड़ा डर खत्म होना चाहिए है। तुसी रहरास विच पढ़ते हो जिन निरभाओ जिन हर निरभाओ त्याया जी तिनका भाओ सब गवासी वो सारे डर खत्म हो जाएंगे। यदा मतलब दो है जे हाले भी डर हैगा यदा मतलब उन्होंने डर निरभाओ न हाले त्याया नहीं फिर सिख नू की करना पेगा उस निरभाओ दाते नू त्याना पेगा। सोहिला साहब जी की बाणी डर नू खत्म करती है किद्दां गुरु साहब जी कहते ने जय कर कीरत आखी है उतों शुरुआत होंदी है उत्थे कहते ने देख जिदा व्याहां दे दिन ते तुसी सद्दा देन जांदे हो
ਤੁਸੀਂ ਘਰ ਘਰ ਜਾਂਦੇ ਹੋ ਨਾ, ਅੱਜ ਮੇਰੀ ਕੁੜੀ ਦਾ ਵਿਆਹ ਹੈ ਜੀ, ਤੁਸੀਂ ਜ਼ਰੂਰ ਆਇਓ, ਤੁਸੀਂ ਸਾਰਾ ਪਿੰਡ ਘੁੰਮ ਕੇ ਦਿੰਦੇ ਹੋ। ਉਹ ਪਹਿਲਾਂ ਹੁੰਦਾ ਸੀ, ਹੁਣ ਈ ਕੱਟ ਘਲਾ ਦਿੰਦੇ, ਸੌਖਾ ਕੰਮ। ਇੱਦਾਂ ਤੁਸੀਂ ਘਰ ਘਰ ਜਾ ਕੇ ਦਿੰਦੇ ਹੋ। ਗੁਰੂ ਸਾਹਿਬ ਜੀ ਕਹਿੰਦੇ ਨੇ ਇਸੇ ਤਰ੍ਹਾਂ ਦੇਖ ਜਿੱਦਾਂ ਤੂੰ ਘਰ ਘਰ ਜਾ ਕੇ ਤੂੰ ਕਾਟ ਪਿਆ ਦਿੰਦਾ ਵਿਆਹ ਦਾ। ਦੇਖੋ ਗੁਰੂ ਸਾਹਿਬ ਜੀ ਨੇ ਵਿਆਹ ਨੂੰ ਕਿਸ ਪਾਸੇ ਨਾਲ ਜੋੜਿਆ। ਕਹਿੰਦੇ ਜਿਸ ਵੇਲੇ ਵਿਆਹ ਹੁੰਦਾ ਤੁਸੀਂ ਤੇਲ ਵੀ ਪਾਉਂਦੇ। ਦੇਹੋ ਸੱਜਣ ਅਸਿਸਣਿਆ ਜਿਉ ਹੋਵੇ ਸਾਹਿਬ ਸਿਓ ਮੇਲ। ਜਦੋਂ ਵਿਆਹ ਹੁੰਦਾ ਤੁਸੀਂ ਤੇਲ ਦੀ ਰਸਮ ਵੀ ਬਣਾਉਂਦੇ। ਕਿਉਂ? ਤੇਲ ਦੀ ਰਸਮ ਉਸ ਵੇਲੇ ਹੁੰਦੀ ਹੈ ਜਿਸ ਵੇਲੇ ਵਿਆਹ ਸ਼ੁਰੂ ਹੋਣਾ। ਤੁਸੀਂ ਕਹਿੰਦੇ ਕੁਛ ਕੁ ਘੰਟੇ ਬਾਅਦ ਇਹਨੇ ਘਰੋਂ ਹੁਣ ਤੁਰ ਪੈਣਾ, ਇਸ ਘਰੋਂ ਆਪਣੇ ਪਤੀ ਦੇ ਨਾਲ ਚਲੇ ਜਾਣਾ। ਕਹਿੰਦੇ ਦੇਖ ਜਿਸ ਤਰ੍ਹਾਂ ਸੱਦਾ ਹਰ ਇੱਕ ਘਰ ਦੇ ਵਿੱਚ ਤੁਸੀਂ ਵਿਆਹ ਦਾ ਕਾਟ ਪਹੁੰਚਾਉਂਦੇ ਹੋ। ਗੁਰੂ ਸਾਹਿਬ ਜੀ ਤਾਂ ਕਹਿੰਦੇ ਨੇ ਘਰ ਘਰ ਇਹੋ ਪਹੁੰਚਾ, ਇਹ ਹਰ ਇੱਕ ਘਰ ਦੇ ਵਿੱਚ ਆਉਣਾ। ਅਤੇ ਤੁਸੀਂ ਸੌਣ ਤੋਂ ਪਹਿਲਾਂ ਇਹ ਬਾਣੀ ਪੜ੍ਹਦੇ। ਕਹਿੰਦੇ ਕੀ ਕਰਨਾ ਹੈ ਫਿਰ? ਆ ਗੁਰੂ ਸਾਹਿਬ ਜੀ ਜਿਹੜੀ ਆਖਰੀ ਪੰਕਤੀ ਨਾ ਸੋਹਿਲਾ ਸਾਹਿਬ ਜੀ, ਗੁਰੂ ਸਾਹਿਬ ਜੀ ਕਹਿੰਦੇ ਡਰਨਾ ਨਹੀਂ ਹੈ। ਸਾਨੂੰ ਡਰਾ ਕੇ ਰੱਖਿਆ ਜੀ, ਆ ਹੋ ਜਾਏਗਾ, ਆ ਹੁੰਦਾ ਹੈ, ਉੱਥੇ ਆ ਹੁੰਦਾ ਹੈ, ਉੱਥੇ ਆ ਹੁੰਦਾ ਹੈ, ਆ ਹੁੰਦਾ ਹੈ। ਭਰੋਸਾ ਰੱਖਿਓ, ਜੇ ਤੁਹਾਡੇ ਕੋਲ ਤੁਹਾਡਾ ਪਿਓ ਹੈ ਨਾ, ਤਾਂ ਬੱਚੇ ਨੂੰ ਕੋਈ ਫਿਕਰ ਨਹੀਂ ਕਰਨੀ ਹੁੰਦੀ, ਪਿਓ ਆਪੇ ਸਾਂਭੇਗਾ। ਜੇ ਤੁਹਾਡਾ ਪਿਓ ਤੁਹਾਡੇ ਨਾਲ ਹੈ ਨਾ, ਤੁਹਾਨੂੰ ਕਿਤੇ ਲੈ ਕੇ ਜਾਂਦਾ ਹੈ, ਤੁਸੀਂ ਛੋਟੇ ਛੋਟੇ ਹੁੰਦੇ ਹੋ, ਤੁਹਾਡਾ ਪਿਓ ਤੁਹਾਡੇ ਨਾਲ ਹੈ, ਤੁਹਾਨੂੰ ਫਿਕਰ ਹੁੰਦੀ ਹੈ? ਭਾਵੇਂ ਪੁਲਿਸ ਆ ਜਾਵੇ, ਭਾਵੇਂ ਜੋ ਵੀ ਆ ਜਾਵੇ, ਪਤਾ ਹੋਏਗਾ ਵੀ ਮੇਰਾ ਪਿਓ, ਮੇਰੀ ਮਾਂ ਮੇਰੇ ਨਾਲ ਹੈ, ਸਾਂਭੇਗੀ। ਤੁਸੀਂ ਅਰਦਾਸ ਵਿੱਚ ਕਹਿੰਦੇ ਹੋ, ਤੂੰ ਮਾਤ ਪਿਤਾ ਹਮ ਬਾਰਕ ਤੇਰੇ। ਭਰੋਸਾ ਹੈਗਾ ਹੈ ਕਿ ਇਹ ਮੇਰਾ ਪਿਤਾ ਅਤੇ ਮੇਰਾ ਪਿਓ ਹੈ, ਮੇਰੀ ਸਾਂਭੇਗਾ ਬਾ। ਕਿਉਂ ਡਰਦੇ? ਡਰਨ ਦੀ ਕੋਈ ਲੋੜ ਨਹੀਂ। ਜਿਹਦੇ ਕੋਲ ਗੁਰੂ ਹੋਵੇ, ਜਿਹਦੇ ਕੋਲ ਉਹਦਾ ਪਿਓ ਹੋਵੇ, ਜਿਹਦੇ ਕੋਲ ਉਹਦੀ ਮਾਂ ਹੋਵੇ, ਉਹਨੂੰ ਡਰਨ ਦੀ ਲੋੜ ਨਹੀਂ ਹੈ, ਉਹ ਆਪੇ ਹੀ ਸਾਂਭੇਗਾ। ਗੁਰੂ ਸਾਹਿਬ ਜੀ ਇੱਥੇ ਇੱਕ ਚੇਤਾਵਨੀ ਦਿੰਦੇ ਨੇ ਸੋਹਿਲਾ ਸਾਹਿਬ ਦੇ ਵਿੱਚ। ਕਹਿੰਦੇ ਸੱਦਾ ਸਾਰਿਆਂ ਦੇ ਘਰ ਆਉਣਾ ਇੱਕ ਚੇਤਾਵਨੀ ਹੈ, ਕਿਉਂਕਿ ਬੰਦਾ ਭੁੱਲ ਜਾਂਦਾ ਹੈ। ਜਿੱਦਾਂ ਮੈਂ ਨਾ ਸਕੂਲ ਬੱਚਿਆਂ ਨੂੰ ਪੜ੍ਹਾਉਂਦਾ, ਉਹਨਾਂ ਨੂੰ ਐਗਜ਼ਾਮ ਭੁੱਲ ਜਾਂਦਾ ਵੀ ਇੰਨੀ ਤਰੀਕ ਆਉਂਦਾ। ਅਸੀਂ ਰੋਜ਼ ਦਿਨ ਯਾਦ ਕਰਾਉਂਦੇ ਹਾਂ, ਐਗਜ਼ਾਮ ਆਉਂਦਾ, ਐਗਜ਼ਾਮ ਆਉਂਦਾ, ਐਗਜ਼ਾਮ ਆਉਂਦਾ, ਤੇਰੇ ਸਮੇਂ ਨੂੰ ਸਾਂਭ ਲਾ। ਇਸੇ ਤਰ੍ਹਾਂ ਗੁਰੂ ਸਾਹਿਬ ਜੀ ਕਹਿੰਦੇ ਨੇ ਤੂੰ ਸਮੇਂ ਦੇ ਵਿੱਚ ਬੰਧਿਆ ਹੋਇਆ ਹੈ, ਇਸ ਸਮੇਂ ਨੂੰ ਸਾਂਭ ਲੈ। ਗੁਰੂ ਸਾਹਿਬ ਜੀ ਕਹਿੰਦੇ ਸਾਂਭ ਇਸ ਨੂੰ। ਅਤੇ ਕਹਿੰਦੇ ਜੇ ਤੈਨੂੰ ਡਰ ਲੱਗਦਾ ਹੈ, ਕੀ ਕਰਨਾ? ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ। ਕਹਿੰਦੇ ਤੂੰ ਮੌਤ ਨੂੰ ਨਾ ਯਾਦ ਕਰ, ਕੀ ਹੋਣਾ ਉਹਨੂੰ ਛੱਡ ਪੜਾ। ਲੋਕ ਆ ਆਖਣਗੇ, ਬੜੇ ਸਿਆਣੇ ਬਣ ਜਾਂਦੇ ਨੇ, ਕੋਈ ਆ ਕਹਿੰਦਾ, ਕੋਈ ਆ ਕਹਿੰਦਾ, ਕੋਈ ਉਹ ਕਹਿੰਦਾ। ਗੁਰੂ ਸਾਹਿਬ ਜੀ ਕਹਿੰਦੇ ਸਾਰਿਆਂ ਨੂੰ ਛੱਡ ਦੇ, ਕਰਨਾ ਕੀ? ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ। ਕਹਿੰਦੇ ਉਸ ਨਿਰਭਉ ਦਾ ਤੂੰ ਸੋਹਿਲਾ ਗਾ, ਜਿਸ ਨਾਲ ਤੇਰੇ ਸਾਰੇ ਡਰ ਖਤਮ ਹੋ ਜਾਣਗੇ। ਇਹ ਇੱਕ ਚੇਤਾਵਨੀ ਹੈ। ਗੁਰੂ ਸਾਹਿਬ ਜੀ ਰੋਜ਼ ਸਮਝਾਉਂਦੇ ਨੇ ਕਿ ਸਮਾਂ ਸਾਰਿਆਂ ਦਾ ਇੱਥੇ ਪਰਮਨੈਂਟ ਨਹੀਂ ਹੈ, ਜੋ ਉਪਜੈ ਸੋ ਬਿਨਸ ਹੈ। ਆਪਾਂ ਆਪਣਾ ਸਰੀਰ ਵੇਖੀਏ, ਇਹ 100 ਈਅਰਸ ਮੈਕਸੀਮਮ, ਉਸ ਤੋਂ ਬਾਅਦ ਚਲੇ ਜਾਣਾ। ਆਹ ਬਿਲਡਿੰਗ, ਆਹ ਐਕੋਨ, ਮੇਰਾ ਖਿਆਲ ਹੋਰ 20 ਸਾਲ, ਉਸ ਤੋਂ ਬਾਅਦ ਇਹਨੇ ਕੰਮ ਦੇਣਾ ਬੰਦ ਕਰ ਦੇਣਾ। ਆਹ ਬਿਲਡਿੰਗ ਵੀ, ਵੱਡੇ ਵੱਡੇ ਬਿਲਡਿੰਗਾਂ ਹੋਈਆਂ ਨੇ ਜਿਹੜੇ ਖਤਮ ਹੋ ਗਏ। ਤੁਸੀਂ ਦੁਨੀਆ ਨੂੰ ਛੱਡੋ, ਇਹ ਧਰਤੀ ਵੀ ਇੱਕ ਦਿਨ ਖਤਮ ਹੋ ਜਾਣੀ, ਇਹ ਸੂਰਜ ਵੀ ਇੱਕ ਦਿਨ ਖਤਮ ਹੋ ਜਾਣਾ, ਬ੍ਰਹਿਮੰਡ ਵੀ ਖਤਮ ਹੋ ਜਾਣਾ, ਸਾਰਾ ਕੁਝ ਖਤਮ ਹੋ ਜਾਣਾ, ਕੇਵਲ ਸਰੀਰ ਨਹੀਂ। ਤੁਸੀਂ ਰੋਜ਼ ਪੜ੍ਹਦੇ ਹੋ ਜਿਹੜੇ ਤੁਸੀਂ ਸੁਖਮਨੀ ਸਾਹਿਬ ਵਿੱਚ ਪੜ੍ਹਦੇ ਹੋ, ਕਿਨ ਮੈਂ ਥਾਪਨ ਹਾਰਾ, ਉਹ ਇੱਕ ਸੈਕਿੰਡ ਦੇ ਵਿੱਚ ਸਾਰਾ ਕੁਛ ਵਿਨਾਸ਼ ਕਰ ਦਿੰਦਾ, ਫਿਰ ਬਣਾਉਂਦਾ। ਇਹ ਸੱਚਿਆਈ ਹੈ ਕਿ ਬੰਦਾ ਤੂੰ ਇੱਥੇ ਸਦਾ ਲਈ ਨਹੀਂ ਰਹਿਣਾ। ਗੁਰੂ ਸਾਹਿਬ ਜੀ ਇੱਕ ਚੇਤਾਵਨੀ ਪਏ ਦਿੰਦੇ ਨੇ, ਕਿਉਂ? ਬੰਦੇ ਨੇ ਆਹ ਕੰਮ ਕੀਤਾ, ਨਾਨਕ ਕਹਿਤ ਜਗ ਸਭ ਮਿੱਥਿਆ ਜਿਉਂ ਸੁਪਨੇ। ਗੁਰੂ ਸਾਹਿਬ ਜੀ ਕਹਿੰਦੇ ਇਹ ਜਗ ਜਿਹੜਾ ਹੈ ਮਿੱਥਿਆ, ਮਿੱਥਿਆ ਮੀਨਸ ਫਾਲਸ, ਝੂਠਾ ਹੈ। ਕਿ ਅਸੀਂ ਝੂਠੇ ਹਾਂ? ਉਹ ਝੂਠਾ ਨਹੀਂ ਵੀ ਜਿਹੜਾ ਆਪਾਂ ਆਮ ਸਮਝਦੇ ਝੂਠਾ ਹੈ। ਝੂਠਾ ਇੱਥੇ ਮਤਲਬ ਕਿ ਸਦਾ ਲਈ ਰਹਿਣ ਵਾਲਾ ਨਹੀਂ। ਤੁਸੀਂ ਜਪਜੀ ਸਾਹਿਬ ਜਿਸ ਵੇਲੇ ਪੜ੍ਹਦੇ ਹੋ, ਤੁਸੀਂ ਪੜ੍ਹਦੇ ਹੋ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋ ਸੀ ਭੀ। ਉਹ ਸੱਚ ਕੀ ਹੈ? ਸੱਚ ਉੱਥੇ ਅਰਥ ਇਹ ਹੈ ਜਿਹੜਾ ਈਟਰਨਲ ਹੈ, ਜੋ ਸਦਾ ਲਈ ਰਹਿਣ ਵਾਲਾ ਹੈ। ਪਰਮਾਤਮਾ ਸਦਾ ਲਈ ਰਹਿਣ ਵਾਲਾ ਹੈ। ਸਮੇਂ ਤੋਂ ਪਹਿਲਾਂ ਵੀ ਸੀ, ਅੱਜ ਵੀ ਹੈ, ਕੱਲ੍ਹ ਨੂੰ ਸਮਾਂ ਖਤਮ ਹੋ ਗਿਆ ਵੀ ਹੋਏਗਾ। ਹੈ ਭੀ ਹੋ ਸੀ ਜਾਏ ਨਾ ਜੈਸੀ। ਪਰਮਾਤਮਾ ਪਹਿਲਾਂ ਵੀ ਸੀ, ਅੱਜ ਵੀ ਹੈ, ਕੱਲ੍ਹ ਨੂੰ ਵੀ ਹੋਏਗਾ।
ਆਪਾਂ ਕੱਲ ਨਹੀਂ ਸਨ ਹੁਣ ਹਾਂ ਆਪਾਂ ਕੱਲ ਨੂੰ ਨਹੀਂ ਹੋਣਾ ਆਪਾਂ ਝੂਠੇ ਹਾਂ ਝੂਠੇ ਹੀਅਰ ਮੀਨਸ ਨੋਟ ਪਰਮਨੈਂਟ ਪੈਰਿਸ਼ੇਬਲ ਝੂਠੇ ਹੀਅਰ ਮੀਨਸ ਆਪਾਂ ਸਦਾ ਲਈ ਨਹੀਂ ਰਹਿਣਾ ਆਪਾਂ ਮਿੱਥਿਆ ਹੈ ਕੁਛ ਕੁ ਸਮੇਂ ਵਾਸਤੇ ਹਾਂ ਅਤੇ ਗੁਰੂ ਸਾਹਿਬ ਜੀ ਨੇ ਇੱਥੇ ਬੜਾ ਸੋਹਣਾ ਐਗਜ਼ਾਮਪਲ ਵਰਤਿਆ ਸੁਪਨਾ ਸੁਪਨਾ ਮੀਨਸ ਡਰੀਮ ਜਦੋਂ ਤੁਸੀਂ ਸੁਪਨਾ ਲੈਂਦੇ ਹੋ ਨਾ ਤੁਸੀਂ ਵੇਖੋ ਸੁਪਨਾ ਦੋ ਚੀਜ਼ਾਂ ਦਾ ਹੁੰਦਾ ਹੈ ਇੱਕ ਸੁਪਨਾ ਬੜਾ ਛੋਟਾ ਹੁੰਦਾ ਤੁਸੀਂ ਕੀ 10-12 ਘੰਟੇ ਵਾਸਤੇ ਸੁਪਨੇ ਲੈਂਦੇ ਹੋ ਨਹੀਂ ਸੁਪਨਾ ਬੜਾ ਛੋਟਾ ਹੁੰਦਾ 20 ਮਿੰਟਸ 30 ਮਿੰਟਸ ਸਮਟਾਈਮਸ ਈਵਨ 5 ਮਿੰਟਸ ਸੁਪਨਾ ਥੋੜ੍ਹੇ ਕੁ ਸਮੇਂ ਵਾਸਤੇ ਹੈ ਤੂੰ ਇਸ ਸੰਸਾਰ ਦੇ ਵਿੱਚ ਵੀ ਥੋੜ੍ਹੇ ਕੁ ਸਮੇਂ ਵਾਸਤੇ ਆਇਆ ਸੁਪਨਾ ਨੰਬਰ ਇੱਕ ਨੰਬਰ ਦੋ ਸੁਪਨੇ ਦੇ ਵਿੱਚ ਲੱਗਦਾ ਸਭ ਕੁਝ ਸਹੀ ਹੈ ਸਭ ਕੁਝ ਸੱਚ ਲੱਗਦਾ ਉਹ ਸੱਪ ਵੀ ਆ ਜਾਵੇ ਤੁਹਾਨੂੰ ਡੰਗ ਵੀ ਮਾਰੇ ਤੁਹਾਨੂੰ ਦਰਦ ਮਹਿਸੂਸ ਹੁੰਦਾ ਡਰ ਵੀ ਲੱਗਦਾ ਕੁਛ ਆ ਜਾਵੇ ਤੁਹਾਡੇ ਗੁਆਡੀ ਐਕਸੀਡੈਂਟ ਹੁੰਦਾ ਤੁਸੀਂ ਚੀਕ ਵੀ ਮਾਰਦੇ ਹੋ ਤੁਸੀਂ ਇਹ ਚੀਕ ਮਾਰਦੇ ਹੋ ਤੁਹਾਡੇ ਪਾਸੇ ਜਿਹੜਾ ਬੰਦਾ ਸੁੱਤਾ ਉਹਨੂੰ ਵੀ ਸੁਣਦਾ ਵੀ ਤੁਸੀਂ ਚੀਕ ਮਾਰੀ ਹੈ ਲੱਗਦਾ ਤਾਂ ਸੱਚ ਹੈ ਪਰ ਜਦੋਂ ਅੱਖ ਖੁੱਲਦੀ ਹੈ ਸੁਪਨਾ ਟੁੱਟ ਜਾਂਦਾ ਅਤੇ ਤੁਸੀਂ ਕਹਿੰਦੇ ਹੋ ਸੁਪਨਾ ਹੀ ਹੈ ਬਟ ਯੋਰ ਬੋਡੀ ਵਿਲ ਬੀ ਸਵੈਟਿੰਗ ਤੁਹਾਨੂੰ ਡਰ ਲੱਗੇਗਾ ਕਿਉਂ ਲੱਗਦਾ ਤਾਂ ਸੱਚ ਹੈ ਬਟ ਉਹ ਹੈ ਕਿ ਸੱਤ ਨਹੀਂ ਉਹ ਮਿੱਥਿਆ ਹੈ ਇਟਸ ਜਸਟ ਐਨ ਇਲੂਸ਼ਨ ਦੈਟ ਦ ਬ੍ਰੇਨ ਇਸ ਡੂਇੰਗ ਗੁਰੂ ਸਾਹਿਬ ਜੀ ਕਹਿੰਦੇ ਇਸੇ ਤਰ੍ਹਾਂ ਇਸ ਸੰਸਾਰ ਦੇ ਵਿੱਚ ਤੂੰ ਰਹਿੰਦਾ ਨਾ ਆਹ ਮੇਰਾ ਘਰ ਹੈ ਆਹ ਮੇਰਾ ਪੁੱਤ ਹੈ ਆਹ ਹੈ ਆਹ ਮੇਰਾ ਨਾਂ ਹੈ ਆਹ ਹੈ ਇਹ ਤੂੰ ਸਮਝਦਾ ਵੀ ਸਭ ਕੁਛ ਸੱਚ ਹੈ ਗੁਰੂ ਸਾਹਿਬ ਜੀ ਕਹਿੰਦੇ ਨਹੀਂ ਇਹ ਸੁਪਨੇ ਵਰਗਾ ਹੈ ਇੱਕ ਦਿਨ ਇਹਨੇ ਟੁੱਟ ਜਾਣਾ ਹੈ ਸੁਪਨਾ ਉਦੋਂ ਟੁੱਟਦਾ ਜਦੋਂ ਤੇਰੀ ਅੱਖ ਖੁੱਲਦੀ ਹੈ ਜਗਤ ਦਾ ਸੁਪਨਾ ਉਦੋਂ ਟੁੱਟੇਗਾ ਜਿਸ ਵੇਲੇ ਤੇਰੇ ਅੰਦਰੋਂ ਸਵਾਸ ਚਲੇ ਜਾਣਗੇ ਇਹ ਗੁਰੂ ਸਾਹਿਬ ਜੀ ਚੇਤਾਵਨੀ ਦਿੰਦੇ ਨੇ ਦੇਖ ਹਰ ਬਿਨ ਤੇਰੋ ਕੋ ਨਾ ਸਹਾਈ ਇਸ ਸਹਾਈ ਇਸ ਮਨ ਦਾ ਕੇਵਲ ਸਹਾਈ ਉਸ ਪਰਮਾਤਮਾ ਹੈ ਬਟ ਬੰਦਾ ਕੀ ਕਰਦਾ ਹੈ ਕਹਿੰਦੇ ਪਰਮਾਤਮਾ ਕੋਲੋਂ ਆਉਂਦਾ ਹੈ ਬਟ ਉਹਦੇ ਨਾਲ ਕੋਈ ਰਿਸ਼ਤਾ ਨਹੀਂ ਜੋੜਦਾ ਕੀ ਕਹਿੰਦੇ ਨੇ ਦੀਨ ਦਿਆਲ ਸਦਾ ਦੁੱਖ ਭੰਜਨ ਤਾਂ ਸਿਉ ਰੁਚ ਨਾ ਵਡਾਈ ਉਹਦੇ ਨਾਲ ਅਸੀਂ ਕਦੇ ਪਿਆਰ ਦਾ ਸਮਝੌਤਾ ਪਾਇਆ ਨਹੀਂ ਪਿਆਰ ਦੀਆਂ ਗੱਲਾਂ ਕੀਤੀਆਂ ਨਹੀਂ ਉਹਦੇ ਨਾਲ ਅਸੀਂ ਪਿਆਰ ਜਤਾਉਣਾ ਕੀਤਾ ਹੀ ਨਹੀਂ ਵੀ ਕਮ ਗੁਰਦੁਆਰਾ ਬਟ ਵੀ ਡੂ ਨੋਟ ਟਰਾਈ ਟੂ ਡਿਵੈਲਪ ਦੈਟ ਲਵ ਕਿਉਂ ਸਾਡਾ ਧਿਆਨ ਕਿਤਰੇ ਹੋਰ ਹੁੰਦਾ ਮੈਂ ਇਹਨੂੰ ਮਿਲਣਾ ਮੈਂ ਆਹ ਕਰਨਾ ਮੈਂ ਆਹ ਕਰਨਾ ਮੈਂ ਉਹ ਕਰਨਾ ਸੋ ਵੀ ਕਮ ਟੂ ਗੁਰਦੁਆਰਾ ਵਿਦ ਅ ਡਿਫਰੈਂਟ ਮਾਇੰਡ ਸੈਟ ਬਟ ਗੁਰੂ ਸਾਹਿਬ ਜੀ ਕਹਿੰਦੀ ਇੱਥੇ ਆਣ ਕੇ ਪਿਆਰ ਦਾ ਰਿਸ਼ਤਾ ਜੋੜਨਾ ਉਹ ਪਿਆਰ ਦਾ ਰਿਸ਼ਤਾ ਜੋੜ ਜਿਸ ਪਿਆਰ ਦੇ ਰਿਸ਼ਤੇ ਨਾਲ ਜੋੜ ਕੇ ਤੇਰਾ ਸਹਾਰਾ ਹੋਏਗਾ ਅਤੇ ਜਿੰਨਾ ਨਾਮ ਸਹਾਰਾ ਨਾ ਸੱਚ ਜਾਣਿਓ ਬੰਦਾ ਆਣ ਕੇ ਬਾਕੀ ਦੁਨੀਆ ਦੀਆਂ ਪ੍ਰਕਾਰਾਂ ਦਾ ਸਹਾਰਾ ਲੈਣਾ ਚਾਹੁੰਦਾ ਹੈ ਤੁਸੀਂ ਸੁਖਮਨੀ ਸਾਹਿਬ ਜੀ ਦੀ ਬਾਣੀ ਪੜ੍ਹਦੇ ਹੋ ਦੂਜੀ ਅਸ਼ਟਪਦੀ ਦੇ ਵਿੱਚ ਜਦੋਂ ਆਪਾਂ ਪੜ੍ਹਦੇ ਨਾ ਸਲੋਕ ਦੀਨ ਦਿਆਲ ਦੁੱਖ ਭੰਜਨ ਘੱਟ ਘੱਟ ਨਾਥ ਅਨਾਥ ਸਰਨ ਤੁਮਾਰੀ ਆਇਓ ਨਾਨਕ ਕਹਿ ਪ੍ਰਭ ਸਾਥ ਗੁਰੂ ਨੂੰ ਤੁਹਾਡਾ ਸਹਾਰਾ ਬਣਾਉਣਾ ਸ਼ਬਦ ਨੂੰ ਤੁਹਾਡਾ ਸਹਾਰਾ ਬਣਾਉਣਾ ਹੈ ਗੁਰੂ ਸਾਹਿਬ ਜੀ ਕਹਿੰਦੇ ਮੈਂ ਦੀਨ ਦਿਆਲ ਤੇਰੀ ਸ਼ਰਨ ਵਿੱਚ ਆਇਆ ਤੂੰ ਮੈਨੂੰ ਰੱਖ ਲੈ ਅਤੇ ਅੱਗੇ ਜਿਹੜੀ ਅਸ਼ਟਪਦੀ ਹੈ ਨਾ ਉੱਥੇ ਮਹਾਰਾਜ ਕਹਿੰਦੇ ਜਹ ਮਾਤ ਪਿਤਾ ਸੁਤ ਮੀਤ ਨਾ ਭਾਈ ਕਹਿੰਦੇ ਜਿੱਥੇ ਨਾ ਤੇਰੀ ਮਾਂ ਹੋਏਗੀ ਨਾ ਤੇਰਾ ਪਿਓ ਹੋਏਗਾ ਨਾ ਤੇਰੇ ਸਾਕ ਸੰਬੰਧੀ ਰਿਸ਼ਤੇਦਾਰ ਕੋਈ ਵੀ ਨਹੀਂ ਹੋਏਗਾ ਫਰੈਂਡਸ ਚਿਲਡਰਨ ਉੱਥੇ ਕਹਿੰਦੇ ਨੇ ਕੀ ਤੇਰਾ ਸਹਾਈ ਹੈ ਮਨ ਊਹਾਂ ਨਾਮ ਤੇਰਾ ਸੰਗ ਸਹਾਈ ਕਹਿੰਦੇ ਨਾਮ ਤੇਰੇ ਨਾਲ ਸੰਗ ਸਹਾਈ ਹੋਏਗਾ ਅੱਗੇ ਗੁਰੂ ਸਾਹਿਬ ਜੀ ਕਹਿੰਦੇ ਜਾ ਮਹਾ ਭਿਆਨ ਦੂਤ ਜਮ ਚੱਲੇ ਕਹਿੰਦੇ ਤਾਂ ਕੇਵਲ ਨਾਮ ਸੰਗ ਤੇਰੇ ਚੱਲੇ ਕਹਿੰਦੇ ਕੇਵਲ ਨਾਮ ਤੇਰੇ ਨਾਲ ਚੱਲੇਗਾ ਅੱਗੇ ਕਹਿੰਦੇ ਜਹਿ ਮੁਸ਼ਕਿਲ ਹੋਵੇ ਅਤ ਭਾਰੀ ਕਹਿੰਦੇ ਜਿੱਥੇ ਮੁਸ਼ਕਿਲ ਬਹੁਤ ਆਏਗੀ ਕਹਿੰਦੇ ਕਿ ਹਰ ਕੋ ਨਾਮ ਖਿਨਮਾਹੇ ਉਦਾਰੀ ਅੱਗੇ ਅਨਕ ਪੁੰਨ ਚਰਨ ਕਰ ਨਹੀਂ ਤਰੇ ਹਰ ਕੋ ਨਾਮ ਕੋਟ ਪਾਪ ਪਰ ਹਰੇ ਕਹਿੰਦੇ ਦੁਨੀਆ ਬਹੁਤ ਸਾਰੇ ਰਿਚੁਅਲ ਕਰਦੇ ਨੇ ਰਿਚੁਅਲਸ ਮਤਲਬ ਕਿ ਬਹੁਤ ਕੁਛ ਆਹ ਕਰ ਲਓ ਆਹ ਕਰ ਲਓ ਗੁਰੂ ਸਾਹਿਬ ਜੀ ਕਹਿੰਦੇ ਬਾਈ ਡੂਇੰਗ ਸੋ ਮੈਨੀ ਰਿਚੁਅਲਸ ਗੁਰੂ ਸਾਹਿਬ ਜੀ ਕਹਿੰਦੇ ਇਹ ਨਾਲ ਨਹੀਂ ਜਾਣੇ ਵੀ ਵੇਸਟ ਆਵਰ ਟਾਈਮਸ ਔਨ ਡੂਇੰਗ ਰਿਚੁਅਲਸ ਬਟ ਗੁਰੂ ਸਾਹਿਬ ਜੀ ਕਹਿੰਦੇ ਕੇਵਲ ਨਾਮ ਜਾਏਗਾ ਹਰ ਕੋ ਨਾਮ ਕੋਟ ਪਾਪ ਪਰ ਹਰੇ ਗੁਰਮੁਖ ਨਾਮ ਜਪੋ ਮਨ ਮੇਰੇ ਨਾਨਕ ਪਾਵੋ ਸੁਖ ਕਨੇਰੇ ਹੁਣ ਜਦੋਂ ਆਪਾਂ ਇੱਥੇ ਇਸ ਬਾਣੀ ਨੂੰ ਪੜ੍ਹਦੇ ਨਾ ਗੁਰੂ ਸਾਹਿਬ ਜੀ ਕਹਿੰਦੇ ਕੇਵਲ ਨਾਮ ਕੇਵਲ ਸ਼ਬਦ ਤੇਰੇ ਨਾਲ ਜਾਏਗਾ ਦੁਨੀਆ ਦੇ ਕੋਈ ਕਰਮ ਸਾਡੇ ਨਾਲ ਨਹੀਂ ਜਾਣਗੇ ਹੁਣ ਜਦੋਂ ਕਰਮਾਂ ਦੀ ਗੱਲ ਆਉਂਦੀ ਹੈ ਨਾ ਆਮ ਕਰਕੇ ਜਦੋਂ ਬੰਦਾ ਚੜ੍ਹਾਈ ਕਰ ਜਾਂਦਾ
एक दूजा दूजे नूं कहिंदा आ करना, तीजा कहिंदा आ करना, चौथा कहिंदा आ करना, पंजवां कहिंदा आ करना। मैं एग्जाम्पल दिंदा, मेरे नाल खुद बीती है। मैं 13 साल का सी, मेरा प्यो चढ़ाई कर गया 13 साल दे, एंड आई एम द सन। सानू क्रिया जिहड़ी करनी पई सी सानू करनी पई। हुण जदों अग लग गई ना, मैं रिचुअल की गल कर रहा, जदों असी लाती उत्थे ज्ञानी साहब सोयला पढ़ते ने, इत्थों मेरा फुफड़ कहिंदा आ दरी भी ना उत्ते दे दे। मैं उन्हूं पुछ के वेख्या, मैं क्या अग लगी है, तू दरी क्यों उत्ते पाउणी है? मैं उन्हूं पुछया क्यों, मैं हर वेले हमेशा पुछदा क्यों, ताई मेरे नाल सारे नाल प्रॉब्लम है, क्योंकि हर एक काम ते मैं क्यों पुछदा। तो मैं कहिंदे बड़ा वड्डा आया तू क्यों दा बच्चा। मैं पुछया क्यों, कहिंदे उत्थे ठंड लगेगी। मैं क्या कित्थे ठंड लगेगी, कहिंदे जिथे जाना उत्थे ठंड लगेगी। मेरे दिमाग के बिच सैट नहीं आई, मैं क्या मैं नहीं पाउनी। वो कहिंदा पा दे, मैं कहिंदा मैं नहीं पाउनी। क्यों? चलो उत्थे जड़ा कुछ होना सी हो गया, उन्हें क्या चलो तू नहीं पाउनी मैं पा दंदा। मैं क्या तू पुत नहीं है, कहिंदे क्योंकि केवल पुत ही ला सकदा। नहीं, सिख रहत मर्यादा दे विच लिखिया होया है आई द सन और एनी वन, एनी रिलेटिव, एनी सिबलिंग्स जो भी है उत्थे पा सकदा। सो इफ अ डॉटर, इफ यू डू नॉट हैव सन्स यू हैव डॉटर्स, डॉटर्स कैन डू। सिख रहत मर्यादा दे विच लिखिया होया आई द सन इन ब्रैकेट, उस तो बाद एनी वन और रिलेटिव और फ्रेंड्स कोई भी ला सकता है। आप डिस्क्रिमिनेट करते हैं, देयर शुड नॉट बी अ डिस्क्रिमिनेशन। चलो वो समा मुक गया तो मैं उहदे नाल क्या मैं नहीं पाउणी। तुसीं एक साखी सुनदे हो, मैं उस साखी नूं सुन के मेरे दिमाग दे विच पाई, बाबा नानक जांदा है एक अमीर फकीर, अमीर नूं मिलता है, उन्हें अपने घर दे गाड़ी झंडे लाए। तुसीं साखी सुनी सुनी है ना, सुनी है, पर उहदी अमल जिहड़ा आपां नहीं करदे। उन्हें अपने झंडे लाए, झंडे ला के जो गुरु नानक पुछता आ क्यों झंडे लाए, कहिंदे जो मेरा इन्ना करोड़ बन जाता मैं एक करोड़ मैं एक झंडा लाऊंगा। उत्थों गुरु नानक ने एक सूई दिती, आपां करम की गल करनी है, उत्थों एक सूई दिती उन्हूं, कहिंदे जो तू अगे जाएगा ना तू आ सूई मैनू दे। उन्हें ले ली, फिर वो अपने घरवाली नाल जाके कहिंदा अज बाबे नानक ने सूई दिती है, कहिंदा जिस वेले मैं अगे जाना ना उत्थे कहिंदा मैनू सूई दे। घरवाली कहती नाल तो कुछ नहीं जाना। फिर उहदे कोल फिर वो जांदा बाबे नानक कोल, कहिंदा बाबा नानक नाल तो कुछ नहीं जाना। फिर कहिंदे आ झंडे तू किस वास्ते लाए हुए नहीं, इहना किहड़े तेरे नाल जाण। जे एक सूई नहीं जा सकती तो हुण मैं उहनूं पुछ रिहा, उहदे कोल जवाब नहीं है, तू आ चादर पाउण दे नाल उत्ते अग लाउण दे नाल किद्दां जाएगी? कैन यू सी द प्रॉब्लम? असी इत्थे कुछ होर सीखते हाँ, बट साडे घर विच जां आम असी होर कुछ करते हैं। साखियां साडियां होर ने, विचार साडी होर है। बाणी कहती है केवल नाम केवल शब्द जाएगा, बट असी इदा बन के बैठे हाँ आ भी करना पएगा आ भी जाएगा। कई हुण कहिंदे ने ना, हुण रामकली सद की बाणी आउंदी है। रामकली सद इहदा थोड़ा जिहा इतिहास है, ये मौत की बाणी है। दो बाणियां ने खास करके ऑन डैथ, अलानिया एंड रामकली सद। जे तुसी शब्द गुरु एक्सप्लोर वेखियो इत्थे हैगे ने रामकली सद एंड अलानिया, एंड वी डोंट टॉक ऑन दिस बाणीज। रामकली सद का इतिहास की है, जिस वेले तीजे पातशाह गुरु अमरदास जी ज्योति जोत समाउन लगे ना, उस वेले की होया, उत्थे बाबा सुंदर जी सन, बाबा सुंदर जी इज द ग्रैंड सन। फिर जो गुरु अर्जन देव जी के समय से इस बाणी नू गुरु ग्रंथ साहिब दर्ज किया, इस बाणी का नाँ है रामकली सद। सद मीनस कॉल ऑफ डैथ। तो यह बाणी पता कितने आती है? आनंद साहब जी तो बाद, जोड़े सहज पाठ करते हो ना, वैन यू रीड आनंद साहब, उस तो बाद रामकली सद आती है। रामकली सद एको ओंकार सतगुर प्रसाद, द शब्द साथ विद जगदाता सोई भगत वछल। कहते ने डिस्क्राइब किया है कि वह परमात्मा जिहड़ा है जग का दाता है, द गिवर इज द परमात्मा लॉर्ड, वो तिना लोगों का मालिक है। अगे गुरु साहब जी कहते देख गुर शब्द समावै अवर ना जाने कोई जियो। कहते सिख ने की भरोसा रखना है? कहते गुर शब्द समावै, यू हैव टू समाउना इन द गुरु शब्द। समाउन का की अर्थ है? जो गुरु कहता है उसके मुताबिक चलना है। कहते एंड द नेक्स्ट पंक्ति गुरु साहब जी सेज
फर्स्ट गुर शब्द समावै अवर ना जाने कोई जियो, अगे कहते अवर ना अवरो ना जाने शब्द गुर कै। अगेन गुरु साहब जी कहते यू डू नॉट नो एनीथिंग एल्स, यू डू नॉट लिसन टू एनीथिंग एल्स, यू डू नॉट टेक ऑफ एनी अदर सपोर्ट, तू केवल शब्द के नाल समाउना है। सिख जेड़ा है शब्द नाल समाउंदा है, भावें सुख वेले भावें दुख वेले वो गुरु की बाणी पढ़ेगा, गुरु की बाणी नू ओट आसरा लेगा। एंड दैन द नैक्सट पंक्ति से प्रसाद नानक गुरु अंगद परम पदवी पावे। उस बाद गुरु साहब जी कहते हैं गुरु साहब जी ने की किया, सो गुरु अमरदास जी कहते हैं आया हकारा चलन वाला। सो इतों गुरु साहब जी उस समय की सिचुएशन दसते हैं भाई की होया, गुरु साहब जी ने की दिता, गुरु रामदास ने गुरता गद्दी दिती। हूँ जो गुरु साहब जी उतों चले ना, गुरु साहब जी ने एक संदेशा दिता, हूँ मर्जी थोड़ी है तुम लोगों की सुननी है तो गुरु राम गुरु अमरदास जी की सुननी है। गुरु अमरदास जी कहते हैं आ काम सिख करे, जो कोई चढ़ाई कर जाए आ काम होना चाहिए है। भैन जी शब्द एक पढ़न के मैं वो विचार करा, सुनियो इट्स ऑन द फिफ्थ पौड़ी ऑफ राम कली साधु। सुनियो गुरु साहब जी की कहें, जिस वेले बंदा कोई चढ़ाई कर जाए सानू करना की चाहिए। अंते सतगुर बोलिया मैं पिछे कीर्तन करे हो निर्बान जियो। कहते जिस वेले सत्ता आएगा मैं अंत दे विच चले जावांगा, की करना सिखा ने, सब तो पहला कहते उस निर्बान बाणी का कीर्तन करना। कहते पहला कीर्तन कर, कीर्तन करियो जरूर, दैट मीनस बाणी नू पढ़ियो, बाणी नू गायो, बाणी नू सुनियो। उस तो बाद की करना है, केसो गोपाल बंडत सद्यहो हर हर कथा पढ़े पुराण जियो। कहते जिस वेले तुसी बाणी पढ़ी गाई सुनी ओदी तुसी कथा भी करनी है। इत्थे गुरु साहब ने केसो पंडित, पंडित मीनस पंडा है, उस बंदे नू सद के, क्योंकि हिंदू दे विच जिहड़े पंडित नू सद्दे सन उसका एग्जाम्पल वरत के गुरु साहब जी कहते जिदा पंडित कथा करता है इसे तरह सिखो। जिस वेले तुहाडे घर विच कोई चढ़ाई कर जावे पहला कीर्तन करना, दूजा कहते ने कथा करनी है, उस बाणी नू तुसी समझना है भी बाणी की कहती है। अगे हर कथा पढ़िए हर नाम सुनिए बेबान हर रंग गुर पावे। कहते की करना, सिख भुल ना जान, फिर दोबारा कहते ने हर कथा पढ़े, कथा करियो सुनियो पढ़ियो जरूर, ते उस नाम नू सुनियो, उस बाणी नू सुनियो, ते इस बाणी दा रंग चाढ़ना है। मतलब कि जड़ी बाणी पढ़ी है केवल जबानों बोल नहीं जानी, उदी एप्लीकेशन भी करनी है। अगे पिंड पतल किरिया दीवा फुल हर सर पावे। इत्थे गुरु साहब जी कहंदे ने आ काम नहीं करने, पिंड एदा हुंदा कहंदे जी, फॉर एग्जाम्पल साडे विच भी हैगा है, ये गुरमत नहीं है। देखो कई चीज़ां साडे बजुर्ग करदे ने ठीक है, बट कई चीज़ां गलत है। पिंड पताल पत्ते दे उत्ते ना वो चौल रखदे हुंदे ने, फिर वो कहंदे ने वो खाएगा, जिहड़ा बंदा गया ना वो खाएगा, साडे विच भी हैगा है। जो तुसी फुल चुगन जाते हो ना उस तो बाद तुसी कहते हो रोटी करनी है। मेरे घर होया, मैनू नहीं पता इतने होया कि नहीं, बट मैं एग्जाम्पल लैके कह रहा है, कहते जी जो नानी खाती है ना वो बनाओ। मैं क्या नानी साग खाती है, नानी आ खाती आ खाती, सारा कुछ बनाना पाएगा। हाँ आप बनावे सवेरे 5 बजे उठ के लग गए बना। मैं क्या तुम बनाते जाइयो, मैं जींदे जी खिलाता है जिन्ना मैं खिलाना सी, भाई आ बनाना आ बनाना आ बनाना आ बनाना। तो मैं क्या सूई तो जाती नहीं है, आ कि जाएगा। असल तौर पर ना तुम वेखियो जो असी फुल चुगन जाते ना पुराने जमाने के पिंड वाले इकट्ठे होकर उन्हों का समा कट के आते सन, हूँ उत्थे 2-3 घंटे लाते ढिड भुखा के नहीं, बस तू भुखा है, तू साडी घर की मर्यादा होंगी, जे साडे कोई घर आवे उन्हूं भुखा नहीं तोड़ना, उहदे वास्ते थोड़ा जिहा लंगर का प्रबंध किया जाए, बस ओ ही है। यू डू दिस, यू कम टू माई हाउस, तुसी आ मेरे नाल सहायता कीता इस समय दे विच, तुसी हुण खाली ढिड ना मुड़ियो, तुसी खा के जाइयो। दैट्स वाई उत्थे वरताया जांदा सी भई खा, एंड यू कुक वट एवर दैट परसन और वट एवर दैट यू कैन कुक, डोंट से कि इहदा फेवरेट आ सी आ सी आ सी आ बनाउणा, नहीं। पिंड पताल
किरिया दीवे इतों भी लोग कहते हैं भी दीवा जगाना चाहिए भाई एक साल वास्ते दीवा जगाना पाएगा फिर उन्होंने रस्ता मिलेगा। गुरु साहब जी कहते ये सारे रिचुअल्स ने इन रिचुअल्स के सीखना है कुछ नहीं करना। यू डू नॉट नीड टू डू ऑल दिस भाई हूँ इतों फुल चुक के इतने वैसे पोट कलैंग आते हैं पौन हूँ गुस्सा ना कर लियो वाई ओनली पोट कलैंग। गुरु साहब जी से नो कितने भी पानी चलता है तुम पा सकते हो ये रिचुअल्स बने ने इदा असी पिंड पताल किरिया जे साढ़े होएगा जी असी दरी रखनी है गुरुद्वारे असी आ देना है असी वो देना है प्लेट देनी आ देनी। मैं हूँ ना लै लगा एक गुरुद्वारा है बड़ा बड़ा पुराना है तकरीबन 100 साल के उत्ते है उस गुरुद्वारे च जाओ प्लेटा वक्रिया वक्रिया ने धो के टकाउन लगे पता किन्ना औखा तो वह इतिहास पिछोक पुछ के वेखो जो इतने ना बहुत सारे भोग पाए जाते हैं सो हर एक बंदा डिफरेंट डिफरेंट थाली लेके आता क्यों असी भरोसा रखे कि उत्थे उन्हों खान नू मिलेगा। बाबे नानक की साखी है जे सूई नहीं जाएगी कुछ नहीं नाल जाएगा सहारा की है सिख वास्ते शब्द ते नाम। हाँ जे तुसी गुरुद्वारे नू कुछ देना है वैसे ना गुरबाणी दे विच शब्द आउंदा है भई दान भी किद्दां देना सेवा भी किद्दां करनी है। मैं शब्द पढ़ के सुना दवां गुरु साहब जी का शब्द है गुरु नानक देव जी का रंग राग सारंग 1245 अंग 1247 दे विच कहिंदे ने अकली साहिब सेवी है अकली पाई है मान। कहिंदे सेवा किद्दां करनी है कहिंदे थोड़ी जी अकल वरती थोड़ी जी अकल वरती सेवा करन लगे जे उत्थे सब कुछ हैगा है उत्थे तेनू लोड़ नहीं उत्थे दे जिथे लोड़ है। कहिंदे अकली साहिब सेवी है अकली पाई है मान। अगे गुरु साहब जी कहिंदे ने अकली पढ़ के बूझी है अकली दीजै दान। कहिंदे दान भी अकल नाल दे तुसी जे गुरुद्वारे नू कुछ देना है दे सकते हो। वैसे तुसी आ दगेले देंदे हो चंगी गल आ असी कैंप लाउंदे ना असी जदों जांदे आ सौण वास्ते उस गुरुद्वारे दे विच दगेले होंदे ने तो मैं हमेशा याद करता शुक्र है घट्टो घट दिते ने सौण वास्ते बच्चे जो कैंप लगते हैं सौण नूं हैगा है। बट जे असी कहीए जी हूँ देना है कि अगे जिहड़ा बंदा जाएगा उहदे वास्ते है ये बिल्कुल गलत है। गुरबाणी इस गल नूं बिल्कुल नहीं मानती। एस लोंग एज द बॉडी इज अलाइव यू कैन डू वट एवर यू वन कर्म कर किरिया कर। बट जे कहोगे तुसी मरण तो बाद मैं आ करांगा उन्हूं आ मिलेगा गुरबाणी डजंट अग्री विद दैट। केवल नाम ते केवल शब्द इत्थों तक ना जींदे जी भी गुरु साहब जी कहिंदे तू कर लै जिन्ने कर्म तू करने ने। गुरु साहब जी कहिंदे नाम फिर भी वड्डा है। सुखमणी साहब जी की पंक्ति मैं कोट करा तीजी अष्टपदी आउंदी है बहु शास्त्र बहु सिमृति पेखै सर्ब टंडोल पूज सनाही हर हरै नानक नाम अमोल। अष्टपदी कहिंदे उस तो बाद गुरु साहब जी लिस्ट बनाउणगे लिस्ट बनाते हैं पहली पंक्ति आएगी उतों गुरु साहब जी कहते हैं लोग जोग करते हैं कर्म करते हैं आ करते हैं ऑल द लिस्ट आ मेड तुम होमवर्क कर लियो जाके कर बहुत शास्त्र बहुत सिमृति पेखे सर्व नंडोल पूज स्नाही हर हरे नानक नाम अमोल। कहते हैं लोग पूजा करते हैं दान देंगे ने आ करते हैं वो करते हैं। गुरु साहब जी कहते ये बराबर नाम फिर भी वड्डा है क्यों जिहड़ा अमीर बंदा दान दे सकेगा गरीब दान नहीं दे सकेगा। गुरु साहब जी ने बराबरता दिती है जे अमीर दान दे सकता है गरीब नहीं दे सकता फिर गरीब की देगा उहदा अगे फिर कितना सहारा होएगा। गुरु साहब जी ने यह सारा कट दिता। वैसे इस नूं गुरबाणी नहीं मानती गुरसिख नहीं मानते कहिंदे जे तेरे कोल नाम है शब्द है ये तेरा सहारा है जींदे जी इसका सहारा बना के जिहड़े तेरे गुरु ने इत्थे रख्या करनी अगे भी करेगा। इत्थों कहिंदे ने पिंड पताल क्रिया दीवा कहिंदे ने दुनिया बहुत सारे यहोजे कर्म करते ने। गुरु साहब जी कहिंदे ने सिख आ ना करियो तुसी की करना है फुल हर सर पावे। कहिंदे फुल भी पाउंदे ने आ भी करदे ने बहुत सारे रिचुअल्स ने। गुरु साहब जी कहिंदे ए नहीं करना नाम नाल जुड़ना। आखरी विच गुरु साहब जी कहिंदे ने हर पाया सतगुर बोलिया हर मिलिया पुरख सुजान जियो। कहिंदे उसदा भाणा आया सतगुरु बोलिया उसने उस परमात्मा नू नाल मेल हो के वह सर्व व्यापक है। तो आखिरी पंक्ति दे विच
रामदास सोदी तिलक दिया गुर शब्द सच निशान जियो। इथो फिर गुरु अमरदास जी ने चौथे पातशाह गुरु रामदास जी नू गुरता गति दिती। सो तीस रामकली साध उस वेले दी लाइफ विटनेस जड़े ने गुरु बाबा सुंदर जी ओ बाणी दे विचों दर्ज करते ने। एंड इट्स वेरी क्लीयर, गुरु साहब जी कहिंदे ने सिख की करे दो चीज़ां क्या ने, एक कीर्तन करे दूजा उसकी कथा करे। केवल बाणी ते केवल नाम नाल सिख जुड़े, बाकी जिहड़े कर्म क्रिया ने ये बस कर्म क्रिया ने। सिख हमेशा सुख वेले भी दुख वेले भी याद रखना गुरु की बाणी नाल आउंदा है। ਸਾਡੇ ਘਰ ਬੱਚਾ ਜਨਮੇ ਤਾਂ ਆਪਾਂ ਗੁਰੂ ਦੇ ਘਰ ਆਉਂਦੇ ਹਾਂ, ਵਿਆਹ ਹੋਵੇ ਤਾਂ ਆਪਾਂ ਗੁਰੂ ਦੇ ਘਰ ਆਉਂਦੇ ਹਾਂ, ਅਤੇ ਅੱਜ ਅਸੀਂ ਕਿਸੇ ਦੀ ਅੰਤਮ ਸੰਸਕਾਰ ਦੀ ਸੇਵਾ ਅਰਦਾਸ ਕਰਨ ਵਾਸਤੇ ਵੀ ਆਪਾਂ ਗੁਰੂ ਕੋਲ ਆਏ ਹਾਂ, ਕਿਉਂਕਿ ਹਮੇਸ਼ਾ ਸੈਂਟਰਲ ਪੁਆਇੰਟ ਸਿੱਖ ਦਾ ਗੁਰੂ ਹੈ। ਅਤੇ ਆਪਾਂ ਕਰਨਾ ਕੀ ਹੈ, ਗੁਰੂ ਦੀ ਬਾਣੀ ਪੜ੍ਹਨੀ ਹੈ, ਗੁਰੂ ਦਾ ਨਾਮ ਜਿਹੜਾ ਹੈ, ਸ਼ਬਦ ਜਿਹੜਾ ਹੈ, ਇਹਨੂੰ ਪੜ੍ਹ ਕੇ ਸਮਝ ਕੇ ਆਪਾਂ ਇਸ ਜਨਮ ਨੂੰ ਆਪਣਾ ਸਫਲ ਕਰਨਾ ਹੈ। ਇਹ ਇੱਕ ਸੰਦੇਸ਼ਾ ਹੈ, ਦੇਖ ਅੱਜ ਸਾਡੇ ਵਿੱਚੋਂ ਕੋਈ ਤੁਰ ਪਿਆ ਬੰਦਿਆ, ਕੱਲ੍ਹ ਨੂੰ ਤੇਰੀ ਵੀ ਵਾਰੀ ਹੈ। ਇਹ ਨਾ ਸਮਝ ਕੇ ਤੂੰ ਪੱਕੇ ਡੇਰੇ ਇੱਥੇ ਸਦਾ ਲਈ ਪਾ ਕੇ ਰੱਖੇ ਨੇ, ਅੱਜ ਇਹ ਗਿਆ ਕੱਲ੍ਹ ਨੂੰ ਮੈਂ ਵੀ ਚਲੇ ਜਾਣਾ, ਪਤਾ ਨਹੀਂ ਹੈ। ਗੁਰੂ ਨਾਨਕ ਕਹਿੰਦਾ ਹੈ ਹਮ ਆਦਮੀ ਹਾਂ ਇੱਕ ਦਮੀ, ਇੱਕ ਦਮ ਹੈ, ਦੈਟਸ ਨੋ ਗਰੰਟੀ ਕਿ ਕੱਲ੍ਹ ਨੂੰ ਮੈਂ ਵੇਖਣਾ ਹੈ ਕਿ ਨਹੀਂ। ਸੋ ਗੁਰੂ ਸਾਹਿਬ ਜੀ ਕੀ ਕਹਿੰਦੇ ਨੇ, ਵੀ ਹੈਵ ਅ ਵੈਰੀ ਸ਼ੋਰਟ ਟਾਈਮ ਫਰੇਮ। ਸੋਹਿਲਾ ਸਾਹਿਬ ਵਿੱਚ ਆਪਾਂ ਪੜ੍ਹਦੇ ਹਾਂ, ਆਉਦ ਘਟੈ ਦਿਨਸ ਰਹਿ ਨਾਰੇ, ਲਾਈਕ ਦ ਡੇ ਐਂਡ ਨਾਈਟ ਪਾਸਿੰਗ ਬਾਏ, ਆਵਰ ਲਾਈਫ ਇਜ਼ ਗੈਟਿੰਗ ਸ਼ੋਰਟਰ ਐਂਡ ਸ਼ੋਰਟਰ ਐਂਡ ਸ਼ੋਰਟਰ। ਕੀ ਕਰਨਾ ਹੈ ਫਿਰ, ਡਰਨਾ? ਨੋ, ਗੁਰੂ ਸਾਹਿਬ ਜੀ ਕਹਿੰਦੇ ਨੇ ਆਉਦ ਘਟੈ ਦਿਨਸ ਰਹਿ ਨਾਰੇ, ਮਨ ਗੁਰ ਮਿਲ ਕਾਜ ਸਵਾਰੇ। ਤੂੰ ਗੁਰੂ ਨੂੰ ਮਿਲ ਕੇ ਆਪਣਾ ਕਾਜ ਸਵਾਰ, ਇਸ ਮਨੁੱਖਾ ਜਨਮ ਨੂੰ ਉਸ ਪਾਸੇ ਲਾ ਜਿਸ ਪਾਸੇ ਇਸ ਮਨੁੱਖਾ ਜਨਮ ਨੂੰ ਬਣਾਇਆ ਹੈ। ਸੋ ਇੰਨੀ ਕੁ ਵਿਚਾਰ ਕਰਦੇ ਹਾਂ, ਸਾਡੇ ਕੋਲੋਂ ਬੋਲਦੇ ਹਾਂ, ਵਿਚਾਰ ਕਰਦੇ ਹਾਂ, ਬਾਣੀ ਪੜ੍ਹਦੇ ਹਾਂ, ਏਕ ਨਹੀਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਹੋ ਗਈਆਂ ਹੋਣਗੀਆਂ, ਅਸੀਂ ਭੁੱਲਾਂ ਚੁੱਕਾਂ ਦੇ ਖਿਮਾ ਹੈ ਜੀ।